और ये दुनिया के अकेले सैंपल हैं जो अपनी आंखों से घूर के अपोजिशन की पेंट गीली करा देते हैं। ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਜਿੱਥੇ ਵੀ ਜਾਂਦੇ ਹਨ, ਇੱਕ ਸ਼ਖਸ ਉਹਨਾਂ ਦੇ ਨਾਲ ਹਮੇਸ਼ਾ ਦਿਖਾਈ ਦਿੰਦਾ ਹੈ। ਉਹ ਹੈ ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ, ਜਿਹੜਾ ਪਿਛਲੇ 20 ਸਾਲਾਂ ਤੋਂ ਸਲਮਾਨ ਖਾਨ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਸਿਕਿਉਰਿਟੀ ਕਰਦਾ। ਅੱਜ ਸ਼ੇਰਾ ਦਾ ਰੁਤਬਾ ਕਿਸੇ ਸਟਾਰ ਨਾਲੋਂ ਘੱਟ ਨਹੀਂ ਹੈ। ਸਲਮਾਨ ਖਾਨ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹੀ ਮੈਂਬਰ ਸਮਝਦੇ ਹਨ। ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਵੀ ਅੱਜ ਦੇ ਸਮੇਂ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ। ਸ਼ੇਰਾ ਨੇ ਹੁਣ ਤੱਕ ਨਾ ਸਿਰਫ ਜਸਟਿਨ ਬੀਬਰ ਬਲਕਿ ਕਈ ਹੋਰ ਇੰਟਰਨੈਸ਼ਨਲ ਸਿਤਾਰਿਆਂ, ਜਿਨ੍ਹਾਂ ਵਿੱਚ ਮਾਈਕਲ ਜੈਕਸਨ, ਵਿਲ ਸਮਿਥ, ਜੈਕੀ ਚੇਨ ਅਤੇ ਬਾਲੀਵੁੱਡ ਦੇ ਅਮਿਤਾਭ ਬੱਚਨ ਵਰਗੇ ਸਿਤਾਰਿਆਂ ਲਈ ਸਿਕਿਉਰਿਟੀ ਸਰਵਿਸ ਦਿੱਤੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ੇਰਾ ਦੀ ਤਨਖਾਹ ਕਿੰਨੀ ਹੈ? ਜੇ ਨਹੀਂ ਪਤਾ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸ਼ੇਰਾ ਸਲਮਾਨ ਖਾਨ ਦੀ ਰੱਖਿਆ ਕਰਨ ਦੇ ਕਿੰਨੇ ਪੈਸੇ ਲੈਂਦਾ। ਇੱਕ ਵੈਬਸਾਈਟ ਮੁਤਾਬਿਕ ਸ਼ੇਰਾ ਸਲਮਾਨ ਖਾਨ ਦੀ ਰੱਖਿਆ ਕਰਨ ਦੇ 2 ਕਰੋੜ ਰੁਪਏ ਇੱਕ ਸਾਲ ਦੇ ਲੈਂਦਾ ਹੈ, ਯਾਨੀ ਮਹੀਨੇ ਦੇ ਤਕਰੀਬਨ 16 ਲੱਖ ਰੁਪਏ ਉਸ ਦੀ ਤਨਖਾਹ ਹੈ। ਇੱਕ ਪੰਜਾਬੀ ਪਰਿਵਾਰ ਵਿੱਚ ਗੁਰਮੀਤ ਸਿੰਘ ਜੌਲੀ ਦੇ ਰੂਪ ਵਿੱਚ ਜਨਮਿਆ ਸ਼ੇਰਾ ਮਿਸਟਰ ਮੁੰਬਈ ਵਰਗੇ ਕਈ ਬਾਡੀ ਬਿਲਡਿੰਗ ਅਵਾਰਡ ਆਪਣੇ ਨਾਮ ਕਰ ਚੁੱਕਾ ਹੈ। ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸ਼ੇਰਾ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸ਼ੌਂਕ ਸੀ। ਇਹੀ ਕਾਰਨ ਹੈ ਕਿ ਉਹ 1987 ਵਿੱਚ ਜੂਨੀਅਰ ਮਿਸਟਰ ਮੁੰਬਈ ਅਤੇ ਇਸ ਤੋਂ ਅਗਲੇ ਸਾਲ ਜੂਨੀਅਰ ਵਰਗ ਵਿੱਚ ਮਿਸਟਰ ਮਹਾਰਾਸ਼ਟਰ ਚੁਣਿਆ ਗਿਆ। ਸ਼ੇਰਾ ਦੇ ਪਿਤਾ ਮੁੰਬਈ ਵਿੱਚ ਗੱਡੀਆਂ ਦੀ ਰਿਪੇਅਰ ਕਰਨ ਦੀ ਵਰਕਸ਼ਾਪ ਚਲਾਉਂਦੇ ਸਨ। ਉਹਨਾਂ ਦੇ ਪਿਤਾ ਉਸ ਨੂੰ ਪਿਆਰ ਨਾਲ ਸ਼ੇਰਾ ਬੁਲਾਉਂਦੇ ਸੀ। ਸ਼ੇਰਾ ਅਕਸਰ ਕਹਿੰਦੇ ਹਨ ਕਿ ਉਹ ਸਲਮਾਨ ਦੀ ਹਿਫਾਜ਼ਤ ਇੱਕ ਦੋਸਤ ਦੀ ਤਰ੍ਹਾਂ ਕਰਦੇ ਹਨ। ਸ਼ੇਰਾ ਮੁੰਬਈ ਵਿੱਚ ਸਲਮਾਨ ਦੇ ਗੁਆਂਢ ਵਿੱਚ ਹੀ ਰਹਿੰਦਾ ਹੈ। ਸੋਹਿਲ ਭਾਈ ਨੇ ਬੁਲਾਇਆ ਤਾਂ ਉਨਕੋ ਸਿਕਿਉਰਿਟੀ ਕੇ ਲਈ ਕੋਈ ਬੰਦਾ ਚਾਹੀਦਾ, ਸਲਮਾਨ ਭਾਈ ਕੇ ਸਾਥ ਕੋਈ ਬੰਦਾ ਚਾਹੀਦਾ, ਤੋ ਜਬ ਮੁਝੇ ਦੇਖਾ ਸਰਦਾਰ ਲੰਬਾ ਚੌੜਾ, ਤੋ ਮੁਝੇ ਬੋਲਾ ਕਿ ਤੂੰ ਕਿਉਂ ਨਹੀਂ ਰਹਿਤਾ ਸ਼ੇਰਾ ਭਾਈ ਸਲਮਾਨ ਭਾਈ ਕੇ ਸਾਥ, ਤੋ ਮੈਨੇ ਬੋਲਾ ਠੀਕ ਹੈ ਭਾਈ। ਤੋ ਤਬ ਸੇ ਮੈਂ ਪਹਿਲਾ ਸ਼ੋਅ ਮੈਨੇ ਕੀਆ ਥਾ 97 ਮੈਂ ਸਲਮਾਨ ਭਾਈ ਕੇ ਸਾਥ ਔਰ ਅਭੀ ਤੱਕ। ਸਲਮਾਨ ਦੇ ਕਹਿਣ 'ਤੇ ਹੀ ਸ਼ੇਰਾ ਨੇ ਆਪਣੀ ਇਵੈਂਟ ਕੰਪਨੀ ਵਿਜ਼ਕ੍ਰਾਫਟ ਵੀ ਖੋਲ੍ਹੀ ਹੈ, ਨਾਲ ਹੀ ਉਹਨਾਂ ਦੀ ਇੱਕ ਹੋਰ ਕੰਪਨੀ ਟਾਈਗਰ ਸਿਕਿਉਰਿਟੀ ਵੀ ਹੈ ਜੋ ਕਿ ਸੈਲੀਬ੍ਰਿਟੀਜ਼ ਨੂੰ ਸੁਰੱਖਿਆ ਦਿੰਦੀ ਹੈ। ਦੱਸ ਦੇ ਕਿ ਸਲਮਾਨ ਖਾਨ ਦੀ ਬਲੌਕਬਾਸਟਰ ਫਿਲਮ ਸੁਲਤਾਨ ਵਿੱਚ ਸ਼ੇਰਾ ਦੇ ਪੁੱਤਰ ਟਾਈਗਰ ਨੇ ਵੀ ਕੰਮ ਕੀਤਾ ਹੈ। ਟਾਈਗਰ ਇਸ ਫਿਲਮ ਵਿੱਚ ਅਸਿਸਟੈਂਟ ਡਾਇਰੈਕਟਰ ਸਨ। ਉੱਥੇ ਹੀ ਸ਼ੇਰਾ ਖੁਦ ਵੀ ਬਾਡੀਗਾਰਡ ਫਿਲਮ ਦੇ ਟਾਈਟਲ ਟਰੈਕ ਵਿੱਚ ਨਜ਼ਰ ਆ ਚੁੱਕੇ ਹਨ।